ਹੁਣ ਰੱਬ ਦਾ ਨਾਂ ਲੈ ਕੇ ਜਾਵੀ ਤੇ ਜਾਂਦਾ ਜਾਂਦਾ ਨਾ ਦਮਦਮਾ ਸਾਹਿਬ ਗੁਰਦੁਆਰੇ ਮੱਥਾ ਟੇਕ ਕੇ ਜਾਈ, ਵੇਖੀ ਮੇਰੇ ਪੁੱਤ ਦੇ ਸਾਰੇ ਕੰਮ ਹੋ ਜਾਣੇ ਆ। ਕੋਈ ਨੀ ਮੰਮੀ ਟੇਕ ਕੇ ਜਾਵਾਂਗਾ। ਤੇ ਗੱਲ ਸੁਣ, ਕਾਗਜ਼ ਕੁਗਜ਼ ਸਾਰੇ ਪਾ ਲਏ ਆ ਨਾ, ਹੁਣ ਲੋੜ ਨਾ ਪੈ ਜੇ ਉੱਥੇ ਜਾ। ਮੰਮੀ ਮੈਂ ਸਾਰਾ ਕੁਝ ਹੀ ਲੈ ਲਿਆ, ਤੁਸੀਂ ਫਿਕਰ ਨਾ ਕਰੋ। ਲੈ ਪੁੱਤ ਭਾਈ ਤੂੰ ਸਾਰਾ ਕੁਝ ਲੈ ਵੀ ਗਿਆ ਪਰ ਮੈਨੂੰ ਫਿਰ ਵੀ ਫਿਕਰ ਲੱਗਾ ਵਾ। ਚਲੋ ਕੋਈ ਗੱਲ ਨੀ, ਤੇ ਆ ਗਿਆ ਬਸ ਮੈਂ। ਤੇ ਹੁਣ ਇੱਕ ਕੰਮ ਕਰੀ, ਟਾਈਮ ਨਾ ਆ ਜੀ ਇਹ ਨਾ ਅਸੀਂ ਯਾਰਾਂ ਦੋਸਤਾਂ ਲਾਗੇ ਮੁੜ ਕੇ ਬਹਿ ਜਾਈਏ ਤੇ ਐਵੇਂ ਲੇਟ। ਨਹੀਂ ਨਹੀਂ ਮੰਮੀ, ਸਿੱਧਾ ਮੈਂ ਕਾਗਜ਼ ਭਰ ਕੇ ਤੇ ਘਰੇ ਆਵਾਂਗਾ। ਤੇ ਸਾਰਿਆਂ ਨੂੰ ਦੱਸੀਦਾ ਵੀ ਨਹੀਂ ਹੁੰਦਾ, ਜਦੋਂ ਕੰਮ ਹੋ ਜਾਏ ਆਪੇ ਪਤਾ ਲੱਗ ਜਾਂਦਾ ਹੁੰਦਾ। ਚਲੋ ਠੀਕ ਆ, ਠੀਕ ਆ ਜਾ ਮੇਰਾ ਪੁੱਤ ਧਿਆਨ ਨਾਲ। ਠੀਕ, ਚੱਲ ਬਾਬਾ ਕਿਤੇ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ ਤੇ ਚੱਲ ਇਹ ਵੀ ਪਿਓ ਇਹਦਾ ਝਿੜਕਾ ਦਿੰਦਾ ਰਹਿੰਦਾ ਵਾ, ਇਹ ਵੀ ਕਿਤੇ ਆਪਣੇ ਕੋਲੋਂ ਪੈਸੇ ਕੱਢੇਗਾ ਵਰਤੇਗਾ, ਕੋਈ ਫਿਕਰ ਹੀ ਨਾ ਹੋਊਗਾ। ਨਾਲੇ ਚੱਲ ਕੀ ਪਤਾ ਉਹ ਧੀ ਦੇ ਕਰਮਾਂ ਨੂੰ ਰੱਬ ਨੇ ਕੋਈ ਢੋ ਮੇਲਾ ਲਾ ਹੀ ਦੇਣਾ ਹੋਵੇ। ਅੱਛਾ ਰੱਬਾ ਉਹ ਧੀ ਦੇ ਕਰਮਾਂ ਨੂੰ ਮੇਰੇ ਪੁੱਤ ਨੂੰ ਨੌਕਰੀ ਮਿਲ ਜੇ ਤੇ ਬਹਾਨਾ ਬਣ ਜੇ ਤੇ ਅਸੀਂ ਛੇਤੀ ਛੇਤੀ ਵਿਆਹ ਕਰੀਏ ਤੇ ਮੇਰੇ ਘਰ ਨੂੰ ਆਵੇ ਛੰਨ ਛੰਨ ਕਰਦੀ ਤੁਰੀ ਫਿਰੇ। ਜਸਵਿੰਦਰ ਹਾਂਜੀ ਹਾਂਜੀ ਸਾਰੇ ਕਾਗਜ਼ ਪੱਤਰ ਲੈ ਗਿਆ ਮੈਂ ਬਾਬਾ ਕਿਤੇ ਸ਼ੁਕਰ ਕਰ ਭਰਤੀ ਭੁਰਤੀ ਦੇ ਡਿਆ ਭਰਨਾ। ਆਹੋ ਪੁਲਿਸ ਦੀ ਭਰਤੀ। ਅੱਛਾ ਤੇ ਆਂਦਾ ਜੇ ਮਿਲ ਜੂਗੀ ਤੇ ਕਿਤੇ ਸੌਖੀ ਹੋ ਜਾਗੀ। ਚੱਲ ਇਹ ਵੀ ਵਧੀਆ ਗੱਲ ਆ, ਨਾਲੇ ਤੁਸੀਂ ਤਾਂ ਉਹਨੂੰ ਛੱਡਦੇ ਹੀ ਨਹੀਂ ਹੁੰਦੇ, ਕੀ ਪਤਾ ਕਿਤੇ ਝਿੜਕਾ ਹੀ ਉਹਦੇ ਕੰਮ ਆ ਜਾਣ। ਉਹ ਜਾ ਕੰਮ ਕਰਕੇ ਬਹਿ, ਮੈਂ ਝਿੜਕਾ ਉਹਦੇ ਫਾਇਦੇ ਵਾਸਤੇ ਮਾਰਨਾ ਵਾ ਵੀ ਚੱਲ ਜਿਹੜੀ ਗੱਲ ਤੋਂ ਨਹੀਂ ਲੈਣਾ ਜਾਣੂ ਉਹਨੂੰ ਪਤਾ ਲੱਗ ਜੇ। ਐਵੇਂ ਡੇਈ ਰਹਿੰਦੀ ਹਰ ਵੇਲੇ ਉੱਠੀਆਂ ਮਤਾਂ ਦੇਣ ਉਹਨੂੰ। ਮੈਂ ਦੱਸ ਕੀ ਕਰਾਂ, ਮੇਰਾ ਕੀ ਕਸੂਰ ਆ, ਮੈਂ ਕਹਿ ਕੋ ਕਿਹੇ ਪਾਸੇ ਨਹੀਂ ਛੱਡਦੇ ਹੈਗੇ ਤੁਸੀਂ। ਨਹੀਂ ਹੋਇਆ ਕੀ ਆ, ਹੋਣਾ ਕੀ ਆ, ਰੱਬ ਦੇ ਅੱਗੇ ਹੱਥ ਜੋੜ, ਮਾਲਕ ਕਿਤੇ ਪੁੱਤ ਦੀ ਸੁਣ ਲੈ ਤੇ ਕਿਤੇ ਸਾਰੇ ਪਾਸਾਂ ਦੇ ਆਉਂਦਾ ਵੀ ਕਿਤੇ ਸੋਭਾ ਹੋਵੇ ਸਾਨੂੰ ਗੱਲਾਂ। ਇੱਕ ਬੰਨੇ ਤੇਰਾ ਜੀ ਨਹੀਂ ਲੱਗਦਾ, ਦੂਜੇ ਬੰਨੇ ਤੋਂ ਨਹੀਂ ਨੌਕਰੀ ਤੇ ਜਾਂਦਾ, ਨਾਲੇ ਮੈਂ ਉਹਦੇ ਮੂੰਹ ਵੱਲ ਵੇਹਣੀ ਆ ਹੁੰਦੇ ਦੇ ਜਾਂਦੇ ਦੇ। ਜੇ ਕਿਤੇ ਨੂੰ ਰੱਬ ਨੇ ਦੇਤੀ ਨਾ ਨੌਕਰੀ ਤੇ ਮੈਂ ਉਹਨੂੰ ਕਹਿਣਾ ਪੁੱਤ ਆਪਾਂ ਸ਼ਹਿਰ 'ਚ ਚੱਲ ਜੀਏ ਤੇ ਇੱਥੇ ਰਹੀਏ ਹੀ ਨਾ। ਇੱਥੇ ਤਾਂ ਕਿੰਨੀ ਸਹੂਲਤ ਵਾ, ਸਬਜ਼ੀ ਘਰ ਦੀ, ਦੁੱਧ ਘਰ ਦਾ, ਕਣਕ ਘਰ ਦੀ, ਚੌਲ ਘਰ ਦੇ, ਹੈਂ ਦਾਲਾਂ ਘਰ ਦੀਆਂ, ਉੱਥੇ ਹਰ ਚੀਜ਼ ਮੁੱਲ ਲਓਗੇ, ਜਿੰਨੇ ਪੈਸੇ ਕਮਾਓਗੇ ਉਨੇ ਉੱਥੇ ਖਰਚ ਲਓਗੇ। ਚੱਲ ਘੱਟੇ ਮਿੱਟੀ ਤੋਂ ਤਾਂ ਬਚਾਂਗੇ, ਇੱਥੇ ਤਾਂ ਘੱਟਾ ਮਿੱਟੀ ਬਸ ਸਾਰਾ ਦਿਨ ਘੱਟਾ ਹੁੰਝਦੇ ਰਹੀਦਾ, ਘੜੀ ਨਹੀਂ ਲੰਘਦੀ ਤਾਂ ਫੇਰ ਘੱਟੇ ਉਹ ਘੱਟੀ। ਇਹ ਜਿਹੜੀ ਜ਼ਮੀਨ ਆ ਨਾ ਇਹ ਸਾਡੇ ਵੱਡਿਆਂ ਤੋਂ ਮਿਲੀ ਆ ਪੀੜ੍ਹੀਆਂ ਤੋਂ ਲੈ ਕੇ, ਸਾਨੂੰ ਤਾਂ ਕੋਈ ਘੱਟਾ ਮਿੱਟੀ ਨਹੀਂ ਜਾਪਦਾ, ਸਾਨੂੰ ਤਾਂ ਬੜਾ ਮਜ਼ਾ ਆਉਂਦਾ ਜਾ ਕੇ ਆਪਣੀਆਂ ਪੈਲੀਆਂ 'ਚ ਕੰਮ ਕਰਨ ਦਾ। ਜੇ ਮੁੰਡੇ ਨੂੰ ਮਿਲ ਗਈ ਨੌਕਰੀ ਤਾਂ ਮੈਂ ਕੰਮ ਵਾਲੀ ਰੱਖ ਲੈਣੀ ਜੇ, ਮੈਨੂੰ ਨਾ ਆਖਿਓ ਮੁੜ ਕੇ, ਮੇਰੇ ਕੋਲ ਨਹੀਂ ਹੁਣ ਹੁੰਦਾ ਹੈਗਾ। ਕੰਮ ਵਾਲੀ ਤੈਨੂੰ ਉੱਦਾਂ ਹੀ ਰੱਖ ਦਿੰਦੇ ਹਾਂ, ਐਵੇਂ ਲੜਦੀ ਕਿਹੜੀ ਕਿਲੋ ਰਹਿੰਦੀ, ਸਾਰਾ ਦਿਨ ਮੇਰਾ ਲੰਘ ਜਾਂਦਾ ਕੰਮ ਕਰਦੀ ਦਈ। ਮੁੰਡੇ ਦੇ ਬਹੁ ਗਾੜੀ ਜੱਜ ਲੱਗ ਜਾਣਾ ਤੇਰੇ ਨੇ, ਉਹਦੀ ਕਿਸਮਤ ਦਾ ਪਤਾ ਕੀ ਪਤਾ ਰੱਬ ਲਾਈ ਦੇ। ਮੈਂ ਤਾਂ ਕਹਿੰਦੀ ਰਹੀ ਤੁਸੀਂ ਗੱਲਾਂ ਨੂੰ ਵਾਢਵੀਆਂ ਕਰਦੇ ਜਾਂ, ਰੱਬ ਚੰਗਾ ਹੈ ਤਾਂ ਉਹਦੀ ਸੁਣ ਲੈ। ਚੱਲ ਵਧੀਆ ਗੱਲ ਆ, ਸੁਣ ਲਓ ਤੇ ਸਗੋਂ ਮੈਂ ਵੀ ਕਿਹਾ ਕਰੂੰਗਾ ਵੀ ਮੈਂ ਜੱਜ ਦਾ ਪਿਓ ਹਾਂ। ਚੰਗਾ ਘਰ ਮਿਲ ਗਿਆ ਵਾ,
ਵਿਚਾਰੀ ਦੀ ਇੱਥੇ ਕੋਈ ਰੀਝ ਪੂਰੀ ਨਹੀਂ ਹੋਈ, ਤਰਸਦੀ ਰਹੀ ਮੇਰੀ ਧੀ ਚੀਜ਼ਾਂ ਨੂੰ। ਚੱਲ ਕੋਈ ਨਹੀਂ, ਵਾਹਿਗੁਰੂ ਨੇ ਸੁਣ ਲਈ ਉਹਦੀ, ਵਧੀਆ ਘਰ ਮਿਲ ਗਿਆ ਵਾ, ਸਾਰੀਆਂ ਰੀਝਾਂ ਪੂਰੀਆਂ ਹੋ ਜਾਣੀਆਂ ਹੁਣ ਮੇਰੀ ਧੀ ਦੀਆਂ। ਚੱਲ ਵਾਹਿਗੁਰੂ ਤੇਰਾ ਸ਼ੁਕਰ ਆ ਮਾਲਕਾ। ਪੁੱਤ ਕੁਛ ਵੀ ਨਹੀਂ, ਐਵੇਂ ਸੋਚੀ ਪਈ ਸੀਗੀ ਵੀ ਅੱਜ ਤੂੰ ਸਾਡੇ ਕੋਲ ਵਾ ਤੇ ਕੱਲ ਨੂੰ ਤੇਰਾ ਵਿਆਹ ਹੋ ਜਾਣਾ, ਤੂੰ ਆਪਣੇ ਘਰ ਚਲ ਜਾਣਾ ਵਾ, ਅਸੀਂ ਫਿਰ ਇਕੱਲੇ ਰਹਿ ਜਾਣਾ ਦੋਵਾਂ ਜੀਆਂ ਨੇ। ਇੰਨਾ ਨਾ ਸੋਚਿਆ ਕਰੋ, ਮੈਂ ਤੁਹਾਡੇ ਨਾਲ ਗੱਲ ਕਰਨੀ ਸੀ ਇੱਕ। ਕਰ ਗੱਲ ਤੂੰ। ਮੈਨੂੰ ਇਹ ਹੁਣ ਡਿਆ ਵੀ ਹੁਣ ਕਰਾਂ ਕਿ ਨਾ ਕਰਾਂ, ਤਨੀ ਤੁਸੀਂ ਕੀ ਸੋਚੋਗੇ ਜੇ ਮੈਂ ਗੱਲ ਕਰ ਲਈ ਤਾਂ? ਸ਼ੈਤਾਨ ਹੀ ਆ ਤੂੰ ਵੀ, ਅਪਜਾਰਤਾ ਨਹੀਂ ਨਾ ਪਾਇਆ ਕਰ, ਗੱਲ ਦੱਸ ਗੱਲ ਕੀ ਆ। ਮੰਮੀ ਮੈਂ ਅੱਜ ਗਈ ਸੀ ਨਾ ਉੱਥੇ ਸਿਲਾਈ ਸੈਂਟਰ, ਕੁੜੀਆਂ ਮੈਨੂੰ ਪੁੱਛਣ ਡਈਆਂ ਸੀ ਕਿ ਤੇਰਾ ਰਿਸ਼ਤਾ ਹੋਇਆ ਵਾ ਤੇ ਮੁੰਡਾ ਕਿੱਦਾਂ ਦਾ ਵਾ। ਅੱਛਾ। ਮੈਂ ਤਾਂ ਮੁੰਡਾ ਕੁਝ ਵੇਖਿਆ ਵੀ ਨਹੀਂ ਆ, ਮੈਨੂੰ ਕੀ ਪਤਾ ਸੀ ਕਿੱਦਾਂ ਦਾ ਵਾ, ਮੈਂ ਉਹਨਾਂ ਨੂੰ ਕਹਿ ਤਾਂ ਮੈਨੂੰ ਪਤਾ ਨਹੀਂ ਆ। ਤੁਸੀਂ ਮੈਨੂੰ ਫੋਟੋ ਫੋਟੋ ਦਿਖਾ ਦੇਣੀ ਸੀ ਕੋਈ। ਵੇਖਾਂ ਕਿੱਦਾਂ ਕਮਾ ਫਰਾ ਕੇ ਗੱਲਾਂ ਡਈ ਆ ਕਰਨ। ਸਿੱਧਾ ਸਿੱਧਾ ਕਿਹਾ ਵੀ ਮੰਮੀ ਮੈਂ ਫੋਟੋ ਵੇਖਣੀ ਆ, ਹੈ ਉਦਾਂ ਨਾ ਮੇਰੀ ਵੀ ਮੱਤ ਤੇ ਪੁੱਤ ਪੜਦਾ ਹੀ ਪੈ ਗਿਆ, ਮੈਨੂੰ ਫੋਟੋ ਵਿਖਾ ਦੇਣੀ ਚਾਹੀਦੀ ਸੀ ਤੈਨੂੰ। ਮੈਂ ਵੀ ਸ਼ੈਦੈਣ ਹੀ ਰਹੀ ਹਾਂ, ਉਦਣ ਮੈਂ ਤੇ ਤੇਰਾ ਪਿਓ ਦੇ ਘਰ ਵੀ ਗਏ ਸੀਗੇ ਤੇ ਸਗੋਂ ਫੋਟੋ ਮੈਂ ਲੈ ਹੀ ਆਉਂਦੀ। ਚਲੋ ਉਹ ਤਾਂ ਕੋਈ ਨੀ ਮੰਮੀ, ਪਰ ਹੁਣ ਮੇਰੀਆਂ ਸਹੇਲੀਆਂ ਨੇ ਕਿਹਾ ਤੇ ਮੇਰੇ ਵੀ ਦਿਮਾਗ 'ਚ ਗੱਲ ਆਈ ਕਿ ਮੈਨੂੰ ਫੋਟੋ ਤਾਂ ਦੇਖਣੀ ਚਾਹੀਦੀ, ਜੇ ਨਾ ਮੈਂ ਸਾਰੀ ਜ਼ਿੰਦਗੀ ਕੱਟਣੀ ਆ, ਮੈਨੂੰ ਪਤਾ ਤਾਂ ਹੋਣਾ ਚਾਹੀਦਾ ਸੀ ਨਾ ਕਿੱਦਾਂ ਦਾ ਵਾ। ਚੱਲ ਕੋਈ ਨੀ ਪੁੱਤ, ਮੈਂ ਹੁਣੇ ਫੋਨ ਕਰਦੀ ਉਹਦੀ ਮੰਮੀ ਨੂੰ, ਹੈ ਕੋਈ ਨੀ ਕਰ ਲਓ, ਤੇ ਹੁਣੇ ਫੋਟੋ ਵਿਖਾਣੀ ਆਪਣੀ ਧੀ ਨੂੰ ਮੈਂ। ਇਹ ਕਿਹੜੀ ਗੱਲ ਆ ਪੁੱਤ, ਜਾਣ ਡੀ ਰਿੰਗ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਹਾਂਜੀ ਠੀਕ ਠਾਕ, ਤੁਸੀਂ ਆਪਣਾ ਸੁਣਾਓ। ਹਾਂਜੀ ਹੋਰ ਪਿੰਦਰ ਦਾ ਸੁਣਾਓ ਤੁਸੀਂ। ਹਾਂਜੀ ਹਾਂਜੀ ਜੱਸ ਵੀ ਆ ਗਈ ਆ, ਗਈ ਸੀਗੀ। ਹਾਂਜੀ ਤੇ ਭੈਣ ਜੀ ਇੱਕ ਗੱਲ ਕਰਨੀ ਸੀਗੀ, ਉਹ ਨਾ ਪਿੰਦਰ ਨੂੰ ਵੇਖਣ ਨੂੰ ਬੜਾ ਜੀ ਕਰਨ ਡਿਆ ਸੀ ਤੇ ਫੋਟੋ ਵੀ ਨਹੀਂ ਘਲਾਈ ਤੁਸੀਂ ਕੋਈ। ਹਾਂਜੀ 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 ਚੱਲ ਭੇਜ ਦਿਓ ਫਿਰ, ਹੁਣੇ ਭੇਜਿਓ। ਹਾਂਜੀ ਚਲੋ ਠੀਕ ਹੈ ਭੈਣ ਜੀ, ਸਤਿ ਸ਼੍ਰੀ ਅਕਾਲ। ਲੈ ਪੁੱਤ, ਉਹਦੀ ਮੰਮੀ ਕਹਿੰਦੀ ਮੈਂ ਹੁਣੇ ਫੋਟੋ ਪਾ ਦਿੰਦੀ ਹਾਂ, ਕਿਹੜੀ ਗੱਲ ਵਾ, ਆ ਹੁਣੇ ਆ ਜਾਣੀ ਫੋਟੋ, ਠੀਕ ਹੈ ਨਾ? ਤਾਂ ਕੋਈ ਨਹੀਂ ਮੰਮੀ, ਪਰ ਜੋ ਤੁਸੀਂ ਵੇਖਿਆ ਉਹ ਵਧੀਆ ਹੀ ਦੇਖਿਆ ਹੋਊਗਾ ਮੇਰੇ ਲਈ, ਤੁਸੀਂ ਮਾੜਾ ਥੋੜ੍ਹੀ ਕਰਨਾ ਵਾ, ਪਰ ਇਹ ਹੀਗਾ ਵੀ ਚੱਲ ਮੈਂ ਦੇਖ ਲੈਂਦੀ ਤਾਂ ਕੋਈ ਨਹੀਂ, ਹੈ ਨਾ? ਨਹੀਂ ਪੁੱਤ ਤੂੰ ਸਾਰੀ ਉਮਰ ਕੱਟਣੀ ਆ, ਠੀਕ ਆ ਨਾ? ਉਹ ਮੇਰੀ ਗਲਤੀ ਸੀਗੀ, ਮੈਨੂੰ ਪਹਿਲਾਂ ਤੈਨੂੰ ਫੋਟੋ ਵਿਖਾਉਣੀ ਚਾਹੀਦੀ ਸੀਗੀ। ਹੈ ਕੋਈ ਨਹੀਂ, ਆ ਲੈ ਆ ਗਿਆ ਹੀ ਮੈਸੇਜ, ਆ ਲੈ ਪੁੱਤ ਵੇਖ ਭਲਾ, ਮਾੜਾ ਤਾਂ ਨਹੀਂ ਲੱਭਿਆ ਤੇਰੇ ਮਾਂ ਪਿਓ ਨੇ? ਨਹੀਂ ਨਹੀਂ ਮੰਮੀ ਠੀਕ ਵਾ, ਸੋਹਣਾ ਵਾ ਨਾ? ਹਾਂ ਠੀਕ ਆ, ਤੁਸੀਂ ਕਿਹੜਾ ਮਾੜਾ ਲੱਭਣਾ ਸੀ ਮੇਰੇ ਲਈ, ਵਧੀਆ ਹੀ ਲੱਭਣਾ ਸੀ, ਨਾਲੇ ਘਰ ਬਾਰ ਵੀ ਵਧੀਆ ਵਾ ਤੁਸੀਂ ਦੱਸਣ ਡਏ ਆ। ਪੁੱਤ ਕੋਈ ਕਮੀ ਨਹੀਂ ਗੀ ਉੱਥੇ, ਹੁਣ ਇੱਕ ਗੱਲ ਵਾ, ਹੁਣ ਨਾ ਤੇ ਨੌਕਰੀ ਵਾਸਤੇ ਭੱਜੇ ਫਿਰਨ ਡਏ ਆ, ਤੇ ਅਰਦਾਸ ਕਰਿਆ ਕਰ ਪਾਠ ਕਰਿਆ ਕਰ ਵੀ ਬਾਬਾ ਜੀ ਉਹਨੂੰ ਨੌਕਰੀ ਮਿਲ ਜੇ, ਠੀਕ ਵਾ ਨਾ? ਰੱਬ ਦਾ ਦਿੱਤਾ ਤਾਂ ਅੱਗੇ ਬੜਾ ਕੁਛ ਉਹਨਾਂ ਦੇ ਘਰ ਵਿੱਚ, ਪਰ ਜੇ ਨੌਕਰੀ ਮਿਲ ਜੇ ਤਾਂ ਸੋਨੇ ਤੇ ਸੁਹਾਗਾ ਹੋ ਜਾਣਾ ਵਾ, ਫਿਰ ਤੇ ਮੇਰੀ ਧੀ ਰਾਜ ਕਰੂ ਰਾਜ ਸਾਰੀ ਉਮਰ। ਕੋਈ ਨਹੀਂ ਮੰਮੀ ਮੈਂ ਕਰਿਆ ਕਰੂੰਗੀ ਪਾਠ। ਹਾਂ ਹੁਣ ਤੂੰ ਸਵੇਰੇ ਪਹਿਲਾਂ ਟਾਈਮ ਨਾਲ ਉੱਠਣਾ ਵਾ, ਉੱਠ ਕੇ ਨਹਾ ਕੇ ਪਾਠ ਕਰਨਾ ਵਾ, ਠੀਕ ਆ ਨਾ? ਅਰਦਾਸ ਕਰਿਆ ਕਰ ਮੁੰਡੇ ਵਾਸਤੇ। ਕੋਈ ਨਹੀਂ ਮੰਮੀ। ਆਹੋ ਤੇ ਚੱਲ ਨੌਕਰੀ ਮਿਲ ਜੇ ਤੇ ਹੋਰ ਵਧੀਆ ਹੋ ਜੇ ਸਗੋਂ, ਠੀਕ ਆ ਨਾ? ਚਲੋ ਮੈਂ ਚਾਹ ਬਣਾਈ ਆ ਫਿਰ ਪੀ ਲਈ ਆ। ਚੱਲ ਤੂੰ ਪਾ ਲਾ ਇੱਥੇ ਹੀ ਲੈ ਆ। ਜੱਸ ਹਾਂਜੀ ਮੰਮੀ, ਤੂੰ ਮੇਰੀ ਗੱਲ ਸੁਣ। ਹਾਂਜੀ ਨਵ ਕਿੰਨੇ ਦਿਨ ਹੋ ਗਏ ਤੈਨੂੰ ਸੂਟ ਦੇ ਕੇ ਗਈ ਆ, ਤੇ ਸੀ ਕੇ ਰੱਖੇ ਆ, ਤੂੰ ਦੇਣ ਕਿਉਂ ਨਹੀਂ ਜਾਂਦੀ ਉਹਨੂੰ? ਮੰਮੀ ਕੋਈ ਨਹੀਂ, ਮੈਂ ਕਿਹਾ ਆਪੇ ਆ ਕੇ ਲੈ ਜੂਗੀ, ਮੈਂ ਤਾਂ ਨਹੀਂ ਗਈ। ਲੈ ਦੱਸ ਇੱਦਾਂ ਕਰ, ਚਾਹ ਪੀ ਦਾ ਕੱਪ ਤੇ ਜਾ ਜਾ ਕੇ ਤੁਹਾਡੇ ਘਰ ਸੂਟ ਫੜਾ ਕੇ ਆ। ਮੰਮੀ ਧੁੱਪ ਇੰਨੀ ਆ, ਮੈਂ ਅੱਗੇ ਕਿੱਥੋਂ ਆਈ ਆ ਧੁੱਪੇ, ਮੇਰਾ ਦਿਲ ਨਹੀਂ ਕਰਦਾ ਹੈਗਾ। ਉਹ ਕਿੱਡੀ ਕੁ ਦੂਰ ਵਾ ਕਿਤੇ, ਹਾਂ ਤੇ ਘਰ ਉਹਨਾਂ ਦਾ ਪਿਛਲੇ ਪਾਸੇ, ਤੇ ਇੱਕ ਗੱਲ ਹੋਰ ਸੁਣ ਲਾ, ਐਵੇਂ ਜਾ ਕੇ ਉਹਨੂੰ ਦੱਸਦੀ ਫਿਰੀ ਮੈਂ ਮੁੰਡੇ ਦੀ ਫੋਟੋ ਵੇਖੀ ਆ, ਠੀਕ ਆ ਨਾ?
ਹਰ ਗੱਲ ਦੱਸੀ ਦਿੰਦੀ ਸਹੇਲੀਆਂ ਨੂੰ। ਜਦੋਂ ਤੁਸੀਂ ਮੈਨੂੰ ਪਹਿਲਾਂ ਕਿਹਾ ਵੀ ਨਹੀਂ ਦੱਸਣਾ ਤੇ ਫਿਰ ਮੈਂ ਐਵੇਂ ਦੱਸ ਦੂੰਗੀ ਹੁਣ ਜਾ ਕੇ ਉਹਨੂੰ, ਤੁਸੀਂ ਵੀ ਐਵੇਂ ਟੈਨਸ਼ਨ ਲੈ ਕੇ ਆਉਂਦੇ ਆ। ਚੱਲ ਠੀਕ ਆ, ਜਾਂ ਪੀਲਾ ਚਾਹ ਤੇ ਮੈਨੂੰ ਵੀ ਦੇ ਦੇ ਘੁੱਟ ਤੇ ਮੁੜ ਕੇ ਜਾ ਕੇ ਆ ਉਹਨਾਂ ਦੇ ਘਰ। ਸ਼ਦੈਣ ਹੀ ਆ ਇਹ ਵੀ, ਇਹਨੂੰ ਕੀ ਪਤਾ ਵਾ ਵੀ ਦੁਨੀਆ ਕਿੱਦਾਂ ਦੀ ਤੇ ਕਿੱਦਾਂ ਦੀ ਨਹੀਂ। ਜਿੰਨ ਚਿਰ ਸਮਝਾਵਾਂ ਨਾ ਉਹਨਾਂ ਚਿਰ ਪਤਾ ਕਿੱਦਾਂ ਲੱਗੂਗਾ ਮੇਰੀ ਧੀ ਨੂੰ। ਵੇਖਾਂ ਕਿੱਡਾ ਸੋਹਣਾ ਉਹ ਮੁੰਡਾ, ਹੈਂ ਫੁੱਟ ਫੁੱਟ ਪੈਣ ਡਿਆ। ਕੀ ਵੇਖੀ ਜਾਣ ਡਈ ਆ? ਅਪਿੰਦਰ ਦੀ ਫੋਟੋ ਵੇਖਣ ਡਈ। ਹੈਂ? ਆ ਵੇਖੋ ਮੁੰਡਾ ਵੇਖਿਆ ਕਿੱਡਾ ਸੋਹਣਾ। ਮੈਨੂੰ ਕੋਈ ਗੱਲ ਨਹੀਂ ਕਰਨੀ। ਹੈਂ? ਕੋਈ ਗੱਲ ਹੀ ਨਹੀਂ ਕਰਨ ਵਾਲੀ। ਜਿੱਦਣ ਆਇਆ ਵੇ ਹੁਣ ਵੇਖੀ ਹਾਂ ਲੋਕਾਂ ਖਲੋ ਖਲੋ ਵੇਖਣਾ। ਸਹੀ ਗੱਲ ਹੀ ਹੈ। ਹੈਂ? ਚਲੋ ਸਾਡੀ ਕੁੜੀ ਦੇ ਕਰਮ ਚੰਗੇ ਹੀ ਹੈ। ਸਹੀ ਗੱਲ ਵਾ। ਠੀਕ ਨਹੀਂ? ਕੁੜੀ ਸਾਡੀ ਤੇ ਬਹੁਤੀ ਭੋਲੀ ਆ ਤੇ ਅੱਜ ਵਿਚਾਰੀ ਆਣ ਕੇ ਮੈਨੂੰ ਆਉਂਦੀ ਆ, ਮੰਮੀ ਮੈਂ ਨਾ ਉਦਾਂ ਹੀ ਗੱਲ ਕੀਤੀ ਸੀ ਮੇਰੀ ਮੰਮੀ ਹੁਣਾਂ ਨੇ ਮੇਰਾ ਰਿਸ਼ਤਾ ਕਰਤਾ ਵਾ ਤੇ ਕੁੜੀਆਂ ਮੈਨੂੰ ਕਹਿੰਦੀਆਂ ਸੀ ਤੂੰ ਮੁੰਡਾ ਵੇਖਿਆ ਵਾ ਤੇ ਫਿਰ ਮੈਂ ਹਾਏ ਹਾਏ ਨੀ ਚੱਲੀਏ ਸਾਡਾ ਵੀ ਦਿਮਾਗ ਖਰਾਬ ਹੋ ਗਿਆ, ਸਾਨੂੰ ਆਪਣੀ ਧੀ ਨੂੰ ਫੋਟੋ ਤੇ ਵਿਖਾਉਣੀ ਚਾਹੀਦੀ ਸੀ ਨਾ। ਫਿਰ ਮੈਂ ਕੀਤਾ ਪਿੰਦਰ ਦੀ ਮੰਮੀ ਨੂੰ ਫੋਨ ਤੇ ਫਿਰ ਉਹਨੇ ਆਹ ਫੋਟੋ ਘੱਲੀ। ਚੱਲ ਠੀਕ ਆ, ਵਧੀਆ ਠੀਕ ਵਾ ਨਾ? ਠੀਕ ਆ ਠੀਕ ਆ। ਆਹ ਹੁਣ ਉਹਨੇ ਫੋਟੋ ਘੱਲੀ ਆ ਤੇ ਮੈਂ ਕਿਹਾ ਚੱਲ ਮੈਂ ਹੁਣ ਵੇਖ ਲਾ ਤੇ ਫੇਰ ਆਂਦੀ ਮੰਮੀ ਜੋ ਤੁਸੀਂ ਕਰਨਾ ਚੰਗਾ ਹੀ ਕਰਨਾ ਵਾ। ਜੋ ਵੀ ਆ ਨਾ ਚੰਗਾ ਹੋਇਆ ਵਾ ਤੇ ਹੁਣ ਨਾ ਆਣ ਗਵਾਣ ਪੂਤੀਆਂ ਗੱਲਾਂ ਬਾਤਾਂ ਨਾ ਕਹਿੰਦਾ ਕਰੀ। ਮੈਂ ਕਿੱਥੇ ਕਰਨ ਡਈ ਤੁਹਾਡੇ ਸਾਹਮਣੇ, ਮੈਂ ਤੁਹਾਨੂੰ ਝੱਟ ਨਹੀਂ ਮਾਰਦੀ। ਲੋਕੀ ਮੂੰਹ ਤੋਂ ਕੋਹ ਢਿੱਡੋ ਕੋਹ ਵਾ, ਉਹੋ ਦੀ ਗੱਲ ਵਾ। ਕਿਹਨੇ ਚੰਗਾ ਰਿਸ਼ਤਾ ਵੇਖ ਕੇ ਨਾ ਤੁਹਾਡੇ ਕੋਲ ਭਾਣੀ ਨਾ ਮਾਰਦੇ। ਗੱਲ ਤੁਹਾਡੀ ਵੀ ਸਹੀ ਆ। ਨਹੀਂ ਮੈਂ ਨੀ, ਮੈਂ ਤਾਂ ਦਾਤੋਂ ਦਾਦ ਨਹੀਂ ਚੁੱਕਦੀ ਕਿਤੇ, ਮੈਂ ਨੀ ਗੱਲ ਕਰਦੀ। ਉਹ ਨਾ ਵੇਦੀ ਸਹੇਲੀ ਆ ਪਿੰਡ ਵਿੱਚ ਹੀ ਆ ਤੇ ਮੈਂ ਕਿਹਾ ਵੀ ਤੂੰ ਉਹਦੇ ਨਾਲ ਗੱਲ ਕਰੀ, ਪਿੰਡ ਦੀ ਗੱਲ ਹੋਰ ਹੁੰਦੀ ਆ, ਉਹ ਆਪਣੀ ਮੰਮੀ ਨੂੰ ਦੱਸੂ, ਮੰਮੀ ਉਹਦੀ ਹੋਰ ਕਿਸੇ ਨੂੰ ਦੱਸੂਗੀ ਤੇ ਐਵੇਂ ਜਾ ਕੇ ਕੋਈ ਪਾਣੀ ਮਾਰ ਦੂਗਾ। ਨਾਲੇ ਵਿਆਹ ਵਾਲੇ ਨੂੰ ਪਤਾ ਲੱਗਦੇ ਹਨਾ। ਗੀਤੇ ਕੋ ਨਹੀਂ ਰੋਣੀ। ਨਹੀਂ ਨਹੀਂ ਆਪਾਂ ਨਹੀਂ ਦੱਸਣਾ ਕਿਸੇ, ਦੁਨੀਆ ਨਹੀਂ ਗੀ ਚੰਗੀ ਕੋਈ ਨਹੀਂਗਾ। ਜੱਸ ਨੂੰ ਕਹਿ ਤੂੰ ਕਿੰਨਾ ਗੱਲ ਨਾ ਕਰੇ। ਚੱਲ ਜੀ, ਨਹੀਂ ਨਹੀਂ ਮੈਂ ਸਮਝਾਇਆ ਵਿਚਾਰੀ ਨੂੰ, ਉਹ ਨਹੀਂ ਗੀ ਕਰਦੀ ਗੱਲ। ਮੇਰੀ ਗੱਲ ਸੁਣੋ, ਪਾਣੀ ਪੀਣਾ ਜੀ? ਪੀ ਲੈਨੇ, ਮੈਂ ਤੇ ਬਾਹਰੋਂ ਆਇਆ ਤੈਨੂੰ ਪਤਾ ਤੇ ਹੈਗੀ। ਜੱਸ, ਜੱਸ ਪੁੱਤ। ਹਾਂਜੀ ਮੰਮੀ। ਆਪਣੇ ਡੈਡੀ ਵਾਸਤੇ ਵੀ ਪਾਣੀ ਵੀ ਲਿਆਈ ਤੇ ਚਾਹ ਵੀ ਪਾ ਲਈ। ਠੀਕ ਆ। ਲੈ ਮੰਮੀ ਆ ਕੁੜੀ ਉਤਰਾ ਬਣਾਉਣ ਡਈ। ਕੁੜੀ ਉਤਰਾ ਹੈ ਖੁਸ਼ ਵਾ? ਬੜੀ ਖੁਸ਼ ਵਾ ਕੁੜੀ। ਠੀਕ ਆ। ਚੱਲ ਫਿਰ ਵੀ ਧੀ ਪੁੱਤ ਨੂੰ ਹੁੰਦਾ ਹੀ ਆ ਤੇ ਮੈਂ ਤਾਂ ਮੁੰਡਾ ਵੇਖਿਆ ਨਹੀਂ, ਪਤਾ ਨਹੀਂ ਕਿੱਦਾਂ ਦਾ ਹੋਣਾ ਕਿੱਦਾਂ ਦਾ ਨਹੀਂ। ਹੁਣ ਇਹਨੇ ਫੋਟੋ ਵੇਖ ਲਈ ਆ ਤੇ ਬੜੀ ਖੁਸ਼ ਹੋਈ ਵੇਖ ਕੇ। ਬਿਲਕੁਲ ਬਿਲਕੁਲ। ਨਾਲੇ ਮਾਂ ਪਿਓ ਮਾੜਾ ਸੋਚ ਥੋੜਾ ਸੋਚਦੇ ਕਿਸੇ ਦਾ ਧੀ ਪੁੱਤ। ਨਹੀਂ ਨਹੀਂ ਸਾਡੇ ਕੋਲ ਤੇ ਇਹੋ ਕੋਈ, ਸਾਡੇ ਕੋਲ ਕਿਹੜਾ ਯਾਰ ਨਹੀਂ। ਉਹ ਤੇ ਗੱਲ ਵਾ। ਚਲੋ ਚੱਲ ਵਿਆਹ ਕੇ ਚੱਲ ਜਾਣਾ ਆਪਣੇ ਘਰ ਵਿਚਾਰੀ ਨੇ। ਉਹ ਵੀ ਸੋਚਾਂ ਉਤਰੀਆਂ ਦਿਨ ਰਾਤ ਰਹਿੰਦੀਆਂ ਵਾ ਵੀ ਕੀ ਕਰਿਆ ਕਰਾਂਗੇ ਦੋਵੇਂ ਜੀ। ਚੱਲ ਕੋਈ ਗੱਲ ਨਹੀਂ, ਸੋਚ ਸਾਜ ਕਾਦੀ ਹੈ, ਜੋ ਮਾਰੇ ਕਰੂ ਚੰਗਾ ਹੀ ਕਰੂਗਾ। ਚੱਲ ਆਪਣੇ ਘਰ ਸੌਖੀ ਰਵੇ, ਸਾਨੂੰ ਇੰਨੀ ਬੜੀ ਠੰਡ ਵਾ। ਮੈਂ ਇੱਕ ਮਿੰਟ ਨਾ ਬਹਿ ਲਓ, ਚਾਹ ਪੀ ਲਓ ਪਹਿਲਾਂ। ਮੈਂ ਇੱਥੇ ਲੱਗ ਗਈ ਤੇਰੇ। ਅੱਛਾ ਅੱਛਾ। ਮੰਮੀ ਪਾਣੀ ਲੈ ਆਇਆ ਗਲਾ ਠੰਡਾ ਜਿਹਾ। ਜਿੱਦਣ ਗਿਆ ਫਿਰ ਮੰਮੀ ਭਰ ਆਇਆ ਘਰ। ਅੱਛਾ ਹਾਂਜੀ ਚੱਲ ਵਧੀਆ, ਮੈਂ ਕਿਹਾ ਕਿਤੇ ਟਾਈਮ ਹੀ ਨਾ ਲੰਘ ਗਿਆ ਹੋਵੇ। ਨਹੀਂ ਨਹੀਂ ਆਪਾਂ ਟਾਈਮ ਨਾਲ ਪਹੁੰਚ ਗਏ। ਅੱਛਾ ਅੱਛਾ। ਹੂੰ ਤੇ ਕਿੰਨੇ ਕੁ ਦਿਨਾਂ ਤੱਕ ਫਿਰ? ਮੰਮੀ ਵੇਖੋ ਹੁਣ ਕਿੰਨੇ ਦਿਨ ਲੱਗਦੇ ਨੇ। ਇਹ ਹੁਣ ਨਿਕਲਣ ਤੇ ਹੀ ਹੈ। ਮੈਂ ਕਿਹਾ ਤੇਰੇ ਅੱਜ ਸੱਸ ਦਾ ਵੀ ਫੋਨ ਆਇਆ। ਅੱਛਾ। ਆਉਂਦੀ ਆ ਵੀ ਫੋਟੋ ਚਾਹੀਦੀ ਆ ਭੈਣ ਜੀ। ਮੈਂ ਸੋਚਿਆ ਹੋ ਸਕਦਾ ਉਹਨਾਂ ਦੀ ਕੁੜੀ ਨੇ ਕਿਹਾ ਫੋਟੋ ਤੇ ਦਿਖਾ ਦਿਓ
ਮੰਮੀ ਤੁਸੀਂ ਚੰਗੀ ਜਿਹੀ ਪਾਉਣੀ ਸੀ ਕੋਈ ਮੈਨੂੰ ਫੋਨ ਤੇ ਤੁਸੀਂ ਦੱਸ ਦਿੰਦੇ ਹੋ ਮੈਂ ਤੁਹਾਨੂੰ ਫੋਟੋ ਸੈਂਡ ਕਰ ਦੇਣੀ ਸੀ ਪੁੱਤ ਮੇਰੇ ਫੋਨ 'ਚ ਸਾਰੀਆਂ ਹੈਗੀਆਂ ਜਿਹੜੀਆਂ ਤੇਰੇ 'ਚ ਹੁੰਦੀਆਂ ਜਦੋਂ ਮੈਂ ਫੜਨੀ ਹੈ ਨਾ ਮੈਂ ਸਾਰੀਆਂ ਆਪਣੇ ਫੋਨ 'ਚ ਸੁੱਟ ਲੈਂਦੀ ਹਾਂ ਤੇਰੇ ਦਿਲ 'ਚ ਇਹ ਨਾ ਵੀ ਮੇਰੀ ਮਾਂ ਨੂੰ ਪਤਾ ਨਹੀਂ ਮੈਨੂੰ ਸਾਰਾ ਪਤਾ ਫੋਟੋਆਂ ਬਾਰੇ ਅਤੇ ਮੈਂ ਸੋਹਣੀ ਪਾਈ ਬੜੀ ਸੋਹਣੀ ਫੋਟੋ ਅਤੇ ਉੱਦਾਂ ਹਜੇ ਦੱਸਿਆ ਤਾਂ ਨਹੀਂ ਪਰ ਜਦੋਂ ਮਾਂ ਪਿਓ ਦੇ ਪਸੰਦ ਤਾਂ ਕੁੜੀ ਨੇ ਆਪੇ ਪਸੰਦ ਕਰਨਾ ਹੀ ਉੱਦਾਂ ਹੋਰ ਨਹੀਂ ਕੋਈ ਗੱਲ ਕਰਦੇ ਨਹੀਂ ਹੋਰ ਨਹੀਂ ਉੱਦਾਂ ਖੁਸ਼ ਬੜੀ ਅੱਛਾ ਬੜੀ ਖੁਸ਼ ਹੱਸ ਹੱਸ ਗੱਲਾਂ ਕਰਨ ਡਈ ਠੀਕ ਹੈ ਚੱਲ ਉੱਦਾਂ ਇਹ ਵੀ ਬੰਦੇ ਚੰਗੇ ਨੇ ਆਹੋ ਮੰਮੀ ਇਹ ਤੁਹਾਡੀ ਗੱਲ ਸਹੀ ਹੈ ਬੰਦੇ ਚੰਗੇ ਨੇ ਉੱਦਾਂ ਪੁੱਤ ਇੱਕ ਗੱਲ ਮੇਰੀ ਸੁਣਦਾ ਜੇ ਮਾਲਕ ਤੈਨੂੰ ਨੌਕਰੀ ਦੇ ਦੇ ਨਾ ਤਾਂ ਪੁੱਤ ਹੁਣ ਮੇਰੀ ਵੀ ਇੱਜ਼ਤ ਰੱਖੀ ਇਹ ਨਾ ਮੁੜ ਕੇ ਤੈਨੂੰ ਖੰਭ ਲੱਗ ਜਾਣ ਤੇ ਤੂੰ ਕਹੀ ਮਾਣੂ ਕੁੜੀ ਵੀ ਨੌਕਰੀ ਵਾਲੀ ਲੈਣੀ ਹੈ ਉਹ ਨਹੀਂ ਨਹੀਂ ਮੰਮੀ ਇੱਦਾਂ ਦੀ ਨਹੀਂ ਕੋਈ ਗੱਲ ਜਿੱਦਾਂ ਤੁਸੀਂ ਕਹੋਗੇ ਹੋਏਗਾ ਉੱਦਾਂ ਹੀ ਮੇਰੇ ਭਰਾ ਉਹ ਤੈਨੂੰ ਲੱਗੀ ਆ ਮੈਂ ਤਾਂ ਉਹ ਕੁੜੀ ਤੋਂ ਬਿਨਾਂ ਹੋਰ ਕਿਸੇ ਤਰ੍ਹਾਂ ਗਾਹ ਨਹੀਂ ਕਰਨਾ ਕਰਾਂਗੀ ਤੇ ਉੱਥੇ ਹੀ ਕਰਾਂਗੀ ਠੀਕ ਹੈ ਕੋਈ ਗੱਲ ਨਹੀਂ ਇੱਦਾਂ ਦੀ ਨਾ ਤੁਸੀਂ ਟੈਨਸ਼ਨ ਲਓ ਤੇ ਡੈਡੀ ਕਿੱਥੇ ਆ ਡੈਡੀ ਵੀ ਆਵੇ ਨਹੀਂ ਬੈਠੇ ਪੱਠੇ ਪਾ ਕੇ ਹਟੇ ਨੂੰ ਅੱਛਾ ਤੇ ਮੈਂ ਰੋਟੀ ਲਿਆਵਾਂ ਤੇ ਲੈ ਰੋਟੀ ਲਾ ਲਓ ਖਾ ਲਈ ਮੈਂ ਭੁੱਖ ਤੇ ਲੱਗੀ ਹੈ ਵਾਸਤੇ ਮੈਂ ਅੱਗੇ ਨਹੀਂ ਭੁੱਖ ਲੱਗੀ ਹੋਣੀ ਤੁਸੀਂ ਰੋਟੀ ਪਕਾਓ ਤੇ ਮੈਂ ਡੈਡੀ ਨਾਲ ਗੱਲ ਕਰਕੇ ਆਵਾਂ ਠੀਕ ਹੈ ਲਾ ਹੀ ਲੈਣਾ ਫੋਨ ਇੰਦਰ ਕੀ ਹਾਲ ਚਾਲ ਕਿੱਦਾਂ ਠੀਕ ਆ ਤੇ ਮੈਂ ਤੇਰੇ ਘਰ ਦੇ ਬਾਹਰ ਖਲੋਤਾ ਆਹਾਂ ਮੇਰਾ ਵੀਰਵਾਰ ਚੱਲ ਆ ਜਾ ਆ ਜਾ ਚੱਲ ਆਵੇ ਮੈਂ ਆ ਗਿਆ ਬਾਹਰ ਲੱਗਾ ਹੁਣ ਯਾਰ ਹੋਰ ਵਰਮ ਕੀ ਹਾਲ ਹੈ ਉਹ ਵਧੀਆ ਵਧੀਆ ਤੂੰ ਦੱਸ ਕਿੱਦਾਂ ਕਿੱਦਾਂ ਠੀਕ ਆ ਠੀਕ ਠਾਕ ਆ ਜਾ ਉਹ ਨਹੀਂ ਨਹੀਂ ਮੈਂ ਆਉਣਾ ਨਹੀਂ ਆ ਮੈਨੂੰ ਵੀ ਕਾਲੀ ਆ ਕਿ ਗੱਲ ਕਾਦੀ ਆ ਉਹ ਯਾਰ ਹਰ ਵਾਰੀ ਤੈਨੂੰ ਕਾਲੀ ਹੁੰਦੀ ਏ ਦੱਸਾਂਗੇ ਆ ਗਾ ਘੁੱਟ ਘੁੱਟ ਚਾਹ ਪੀਨੇ ਆ ਓਹ ਯਾਰ ਮੈਂ ਉਹ ਨਾ ਸਾਡੇ ਆਂਟੀ ਆਈ ਸੀ ਕੰਮ ਵਾਲੀ ਤੇ ਮੈਂ ਉਹਨੂੰ ਛੱਡਣ ਆਇਆ ਸੀ ਪਿੰਡ ਤੁਹਾਡੇ ਤੇ ਮੈਂ ਕਿਹਾ ਚੱਲ ਹੁੰਦਾ ਹੀ ਜਾਣਾ ਤੇਰੇ ਘਰ ਹੋਰ ਨਹੀਂ ਗੱਲ ਕੋਈ ਵੀ ਚੱਲ ਵਧੀਆ ਉਹ ਚਾਹ ਬਾਅਦ ਚ ਪੀ ਲਾਂ ਕੋਈ ਗੱਲ ਨਹੀਂ ਕਿਹੜੀਆਂ ਗੱਲਾਂ ਕੋਈਆਂ ਹੋਰ ਫਿਰ ਕਿੱਦਾਂ ਵਧੀਆ ਠੀਕ ਆ ਤੂੰ ਦੱਸ ਕਿੱਦਾਂ ਯਾਰ ਮਾਰ ਲਿਆ ਕਰ ਚੱਕਰ ਕਿ ਮੈਨੂੰ ਹੀ ਮਾਰਨਾ ਪੈਂਦਾ ਹਰ ਵਾਰੀ ਚੱਕਰ ਕੀ ਮਾਰਨਾ ਹੀ ਮੈਂ ਵੀ ਹਜੇ ਹੁਣੇ ਆਇਆ ਵਾਂ ਤੂੰ ਕੀ ਗੱਲ ਕਿੱਥੇ ਗਿਆ ਉਹ ਗਿਆ ਫਾਰਮ ਜੇ ਭਰਨ ਅੱਛਾ ਫਾਰਮ ਭਰੇ ਆ ਕਿਹੜੀ ਚੀਜ਼ ਦੇ ਫਾਰਮ ਇੱਕ ਬੈਂਕ ਦੇ ਹੀ ਇੱਕ ਪੁਲਿਸ ਦੇ ਮੈਂ ਦੋਵੇਂ ਭਰ ਆਇਆ ਵਾਂ ਉਹ ਚੱਲ ਰੱਬ ਦਾ ਸ਼ੁਕਰ ਕਰ ਕਿ ਤੇਰੀ ਨੌਕਰੀ ਲੱਗ ਗਈ ਉਹੋ ਹੀ ਤਾਂ ਡਿਆ ਵਾਂ ਇਹੋ ਗੱਲ ਵਾ ਤੇ ਤੂੰ ਦੱਸ ਤੇਰਾ ਕਿੱਥੋਂ ਤੱਕ ਪਹੁੰਚਿਆ ਕਰ ਉਹ ਮੇਰਾ ਕੀ ਪਹੁੰਚਣਾ ਵਾ ਮੈਨੂੰ ਵੀ ਏਜੰਟ ਕਹਿੰਦਾ ਤੈਨੂੰ ਅੱਜ ਟਿਕਟ ਭੇਜਦਾ ਤੈਨੂੰ ਕੱਲ ਟਿਕਟ ਭੇਜਦਾ ਮੈਂ ਤੇ ਉਹਦੇ ਚੱਕਰ ਦੇ ਵਿੱਚ ਫਸਿਆ ਪਿਆ ਵਾਂ ਗੱਲ ਹੋਰ ਕੋਈ ਨਹੀਂ ਅੱਛਾ ਆਹੋ ਤੂੰ ਫਿਰ ਟਿਕਟ ਵਗੈਰਾ ਵਿੱਚੇ ਕਰ ਲਿਆ ਹੋਣਾ ਨਾ ਸਾਰਾ ਉਹ ਕੀਤਾ ਤੇ ਵਿੱਚ ਹੀ ਆ ਜਾਂ ਮੇਰੀ ਵੀ ਕਿਤੇ ਰੱਬ ਨੇ ਹਾਈਟ ਮਸਾ ਵੱਡੀ ਦਿੱਤੀ ਹੁੰਦੀ ਤੇ ਮੈਂ ਵੀ ਤੇਰੇ ਵਾਂਗੂ ਨੌਕਰੀ ਭਰ ਦੇਣੀ ਸੀ ਸਰਕਾਰੀ ਚੱਲ ਕੋਈ ਨਹੀਂ ਬਾਹਰ ਵੀ ਠੀਕ ਆ ਬਾਹਰ ਤੇ ਠੀਕ ਹੈਗਾ ਵਾ ਪਰ ਫੇਰ ਵੀ ਧੱਕੇ ਦੌੜੇ ਖਾ ਕੇ ਹਾਂ ਨਹੀਂ ਉਹ ਤੇ ਹੈਗਾ ਉੱਥੇ ਮੇਰੀ ਕਿਹੜਾ ਮਾਸੀ ਬੈਠੀ ਆ ਚੱਲ ਗੇੜਾ ਮਾਰੀ ਫਿਰ ਮੇਰੇ ਪਿੰਡ ਨੂੰ ਹਾਂ ਕੋਈ ਨਹੀਂ ਆਵਾਂਗਾ ਸਗੋਂ ਤੂੰ ਆ ਜਾਂਦਾ ਘੁੱਟ ਘੁੱਟ ਨਹੀਂ ਨਹੀਂ ਕੋਈ ਗੱਲ ਨਹੀਂ ਮੈਂ ਆਉਂਗਾ ਮੈਂ ਵੀ ਉਹਨਾਂ ਇੱਥੇ ਸੱਜਣ ਮਿਲਦੇ ਇਹੋ ਹੀ ਮੈਂ ਕਿਹਾ ਚੱਲ ਮੈਂ ਮਿਲ ਕੇ ਜਾਵਾਂ ਜੀ ਧਿਆਨ ਰੱਖੀ ਆਪਣਾ ਚੱਲ ਠੀਕ ਆ ਓਕੇ ਮੇਰਾ ਵੀਰੇ